ਤਿੱਖੀ ਤਲਵਾਰ ਨੇ ਸਾਨੂੰ ਜਨਮ ਦਿੱਤਾ ਤੇ ਗੁੜਤੀ ਮਿਲੀ ਐ ਖੰਡੇ ਦੀ ਧਾਰ ਵਿੱਚੋਂ ਸਾਦਕ ਸਦਕ ਸਿਰ ਦਾ ਸਤਾਰ ਸੂਹੀ ਤੇ ਸਾਡਾ ਵੱਖਰਾ ਰੂਪ ਸੰਸਾਰ ਵਿੱਚੋਂ ਬੰਦ-ਬੰਦ ਕਟਵਾਏ ਪਰ ਸੀਨਾ ਕੀਤੀ ਤੇ ਲੱਖਾਂ ਹੋਣੀਆਂ ਵੀ ਸਾਥੋਂ ਹਾਰੀਆਂ ਨੇ ਸਾਨੂੰ ਐਵੇਂ ਨਹੀਂ ਲੋਕ ਸਰਦਾਰ ਕਹਿੰਦੇ ਤੇ ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ਅਸਤੀ ਕਾਲ ਜੀ ਮੈਂ ਅਸਤਿੰਦਰ ਸੱਤੀ ਆ ਜਾਈਆਂ ਸਿੰਘੂ ਬਾਰਡਰ ਦੇ ਉੱਤੇ ਇਸ ਕਰਕੇ ਮੈਂ ਗੱਲ ਕੀਤੀ ਏ ਇਸ ਸ਼ੇਰ ਦਾ ਮਕਸਦ ਇਹ ਹੈ कि बहुत सारे ਸਾਡੇ ਜਿਹੜੇ ਬਾਲੀਵੁੱਡ ਦੇ ਸੈਲੀਬ੍ਰਿਟੀਜ਼ ਨੇ ਉਹਨਾਂ ਨੇ ਰਹਿਾਨਾ ਦੀ ਟਵੀਟ ਤੋਂ ਬਾਅਦ ਇੱਕਦਮ ਜਿਵੇਂ ਸੁੱਤੇ ਪਏ ਜਾਗ ਗਏ ਨੇ ਔਰ ਉਹਨਾਂ ਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਮੈਨੂੰ ਲੱਗਦਾ ਪੱਗਾਂ ਬਣ ਕੇ ਪੰਜਾਬ ਦੇ ਖੇਤਾਂ ਦੇ ਵਿੱਚ ਫਿਲਮਾਂ ਸ਼ੂਟ ਕੀਤੀਆਂ ਨੇ ਔਰ ਆਪਣੀ ਆਪਣੀਆਂ ਬਹੁਤੀਆਂ ਫਿਲਮਾਂ ਪੰਜਾਬ ਦੇ ਵਿੱਚ ਪੰਜਾਬੀਅਤ ਦੇ ਰੰਗ ਦੇ ਵਿੱਚ ਸ਼ੂਟ ਕੀਤੀਆਂ ਨੇ ਔਰ ਆਪਣੇ ਆਪ ਨੂੰ ਪੰਜਾਬ ਦੇ ਪੁੱਤਰ ਪੰਜਾਬ ਦੀਆਂ ਧੀਆ ਕਹਿੰਦੇ ਰਹੇ ਨੇ ਬੜਾ ਦੁੱਖ ਲੱਗਿਆ ਬੜੀ ਸ਼ਰਮ ਦੀ ਗੱਲ ਹੈ ਇਸ ਗੱਲ ਦੇ ਉੱਤੇ ਕਿ ਪੱਗ ਬੰਨਣੀ ਇੱਕ ਵੱਖਰੀ ਚੀਜ਼ ਹੈ ਪਰ ਉਸ ਦੀ ਮਰਿਆਦਾ ਉਸ ਦੀ ਇੰਪੋਰਟੈਂਸ ਉਸ ਦਾ ਜਜ਼ਬਾ ਸਮਝਣਾ ਅੱਜ ਅੱਜ ਵੇਲਾ ਸੀਗਾ ਕਿ ਅਗਰ ਤੁਸੀਂ ਆਪਣੇ ਸਿਰਾਂ ਤੇ ਪੱਗਾਂ ਟਿਕਾਈਆਂ ਸੀ ਤੇ ਉਹਨਾਂ ਦੇ ਮੁੱਲ ਵੀ ਤਾਰਦੇ ਕਿਉਂਕਿ ਮੁੱਲ ਤਾਰਨਾ ਜਦੋਂ ਵਕਤ ਹੁੰਦਾ ਨਾ ਜੇ ਬੰਦਾ ਕਹਿੰਦੇ ਵਕਤ ਤੇ ਕੰਮ ਨਹੀਂ ਆਇਆ ਨਾ ਫਿਰ ਉਸ ਬੰਦੇ ਦੀ ਹੋਂਦ ਨਾ ਹੋਂਦ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਔਰ ਪੂਰਾ ਪੰਜਾਬ ਜਦੋਂ ਤੁਹਾਡੀਆਂ ਸ਼ੂਟਿੰਗਾਂ ਹੁੰਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਕਹਿੰਦੇ ਇਹ ਪੰਜਾਬ ਦਾ ਪੁੱਤਰ ਏ ਪੰਜਾਬ ਦੀ ਧੀ ਏ ਕਿੱਧਰ ਗਏ ਪੰਜਾਬ ਦੇ ਪੁੱਤਰ ਪੰਜਾਬ ਦੀਆਂ ਧੀਆ ਜਿਨ੍ਹਾਂ ਨੂੰ ਆਪਣੇ ਪਿਓ ਬਾਰਡਰਾਂ ਦੇ ਉੱਤੇ ਠੰਡ ਦੇ ਵਿੱਚ ਬਿਲਕਦੇ ਹੋਏ ਸ਼ਹੀਦ ਹੁੰਦੇ ਨਹੀਂ ਦੇਖੇ ਕਿੱਥੇ ਗਈਆਂ ਪੰਜਾਬ ਦੀਆਂ ਉਹ ਧੀਆ ਜਿਨ੍ਹਾਂ ਨੂੰ ਛੋਟੇ-ਛੋਟੇ ਬੱਚੇ ਜਿਹੜੇ ਨੇ ਮਾਵਾਂ ਲੈ ਕੇ ਇੱਥੇ ਬੈਠੀਆਂ ਹੋਈਆਂ ਨੇ ਉਹਨਾਂ ਨੂੰ ਦਿਖਿਆ ਹੀ ਨਹੀਂ ਤੇ ਉਹਨਾਂ ਨੂੰ ਲੱਗਾ ਕਿ ਉਹ 2 ਮਹੀਨੇ ਤੋਂ ਸਾਡੇ ਅਸੀਂ ਕੋਈ ਗੱਲ ਨਹੀਂ ਕੀਤੀ ਤੇ ਇੱਕ ਇੰਟਰਨੈਸ਼ਨਲ ਸੈਲੀਬ੍ਰਿਟੀ ਨੇ ਟਵੀਟ ਕੀਤਾ ਏ ਤੇ ਉਹ ਇੱਥੇ ਸਾਡੀ ਮਰਿਆਦਾ ਤੇ ਗੱਲ ਆ ਗਈ ਜਾਂ ਫਿਰ ਕਹਿ ਲੋ ਵੀ ਤੁਹਾਨੂੰ ਜਗਾਇਆ ਗਿਆ ਕਿ ਭਈ ਜਾਗੋ ਵੇਲਾਏ ਅਗੇਂਸਟ ਬੋਲਣ ਦਾ ਬੋਲਣਾ ਉਦੋਂ ਚਾਹੀਦਾ ਕਿੰਨਾ ਸਿਰਫ ਹੋਣੇ ਸੇ ਕੁਝ ਨਹੀਂ ਹੋਤਾ ਆਪਣੇ ਹੋਣੇ ਦਾ ਹੱਕ ਅਦਾ ਕੀਜੀਏ ਸਿਰਫ ਹੋਂਨਾ ਕੁਝ ਨਹੀਂ ਹੁੰਦਾ ਤੁਸੀਂ ਜਿਉਂਦੇ ਹੋ ਸਾਰੀ ਦੁਨੀਆ ਦੇ ਵਿੱਚ ਤੁਸੀਂ ਆਪਣੇ ਘਰਦਿਆਂ ਲਈ ਜਿਉਂਦੇ ਹੋ ਪਰ ਅਗਰ ਤੁਸੀਂ ਸਮਾਜ ਦੇ ਵਿੱਚ ਕਿਸੇ ਜਗ੍ਹਾ ਦੇ ਵਿੱਚ ਜਿਉਂਦੇ ਹੋ ਤੇ ਆਪਣੇ ਜੀਉਣ ਦਾ ਦੱਸੋ ਵੀ ਮੁੱਲ ਵੀ ਤਾਰ ਕੇ ਜਾਓ ਕਿ ਹਾਂ ਮੈਂ ਜਿਉਂਦਾ ਹਾਂ ਤੇ ਮੇਰੀ ਹੋਂਦ ਜਿਹੜੀ ਹੈ ਕੋਈ ਵਜੂਦ ਰੱਖਦੀ ਹੈ ਆ ਸਭ ਜਨਮੇ ਨੇ ਔਰ ਸਭ ਨੇ ਮਰ ਜਾਣਾ ਹੈ ਹਰ ਇੱਕ ਦਾ ਇੱਕ ਲਿਮਟਿਡ ਪੀਰੀਅਡ ਹੈ ਇਸ ਧਰਤੀ ਦੇ ਉੱਤੇ ਜੇ ਤੁਸੀਂ ਚਾਪਲੂਸੀ ਕੀਤੀ ਹੈ ਤੇ ਤਾਂ ਮੈਂ ਦੌਲਤ ਨਾਲ ਨਹੀਂ ਲੈ ਕੇ ਜਾਣੀ ਤੇ ਜੇ ਨਹੀਂ ਕੀਤੀ ਤਾਂ ਤਾਂ ਵੀ ਨਹੀਂ ਨਾਲ ਲੈ ਕੇ ਜਾਣੀ ਪਰ ਕੀ ਨਾਲ ਲੈ ਕੇ ਜਾਣਾ ਹੈ ਉਹ ਹੈ ਤੁਹਾਡੀ ਚੰਗਿਆਈ ਤੁਹਾਡੀ ਇੰਟੈਗ੍ਰਿਟੀ ਤੇ ਤੁਹਾਡੀ ਕ੍ਰੈਡੀਬਿਲਟੀ ਤੁਹਾਡੀ ਕਹਿਣੀ ਤੇ ਕਥਨੀ ਚ ਫਰਕ ਨਹੀਂ ਹੋਣਾ ਚਾਹੀਦਾ ਸੋ ਇੱਕ ਕਲਾਕਾਰ ਹੋਣ ਦੇ ਨਾਤੇ ਮੈਨੂੰ ਇਹ ਗੱਲ ਬੜੀ ਮੈਨੂੰ ਇਸ ਗੱਲ ਦਾ ਦੁੱਖ ਲੱਗਾ ਕਿ ਸ਼ਾਇਦ ਅਗਰ ਅਸੀਂ ਉਹਨਾਂ ਦੇ ਹੱਕ ਚ ਨਹੀਂ ਬੋਲ ਸਕਦੇ ਤੇ ਫਿਰ ਵਿਰੋਧ ਚ ਵੀ ਨਹੀਂ ਬੋਲਣਾ ਚਾਹੀਦਾ ਜੇ ਤੁਸੀਂ ਚੁੱਪੋ ਤੇ ਤੁਹਾਨੂੰ ਇਹ ਲੱਗਦਾ ਕਿ ਹਾਂ ਸਾਡਾ ਕੋਈ ਮਸਲਾ ਹੀ ਨਹੀਂ ਲੈਣਾ ਦੇਣਾ ਹੀ ਨਹੀਂ ਹੈ ਤੇ ਫਿਰ ਚੁੱਪ ਹੀ ਰੋ ਕਿਉਂਕਿ ਬੋਲਣ ਦੇ ਲਈ ਅਸੀਂ ਹਾਂ ਸਾਨੂੰ ਇਸ ਕੱਲ ਦਾ ਦੁੱਖ ਲੱਗਦਾ ਕਿ ਸਾਡੇ ਮਾਪਿਓ ਸਾਡੇ ਬਜ਼ੁਰਗ ਜਿਹੜੇ ਨੇ ਉਹ ਬੈਠੇ ਹੋਏ ਨੇ ਇੱਥੇ ਔਰ ਇੰਨੇ ਲੰਬੇ ਸਮੇਂ ਤੋਂ ਬੈਠੇ ਹੋਏ ਨੇ ਤੇ ਉਸ ਦਾ ਦਰਦ ਹੈ ਅੱਜ ਮੈਨੂੰ ਲੱਗਦਾ ਹਰ ਰੋਜ਼ ਕੋਈ ਨਾ ਕੋਈ ਕਲਾਕਾਰ ਆਉਂਦਾ ਆਪਣਾ ਕੰਮ ਛੱਡ ਕੇ ਏਡਾ ਸਫ਼ਰ ਕਰਕੇ ਆਉਂਦਾ ਉਹ ਇਸ ਕਰਕੇ ਆਉਂਦਾ ਕਿਉਂਕਿ ਉਸ ਦੇ ਮਨ ਦੇ ਵਿੱਚ ਕਿਧਰੇ ਨਾ ਕਿਧਰੇ ਦਰਦ ਹੈ ਜਦੋਂ ਅਸੀਂ ਟੀਵੀ 'ਚ ਦੇਖਨੇ ਆ ਸਾਡਾ ਜ਼ਮੀਰ ਜਾਗਦਾ ਹੈ ਔਰ ਮੈਂ ਮੰਨਨੀ ਆ ਕਿ ਅਗਰ ਇਨਸਾਨ ਦੇ ਅੰਦਰ ਜ਼ਮੀਰ ਨਹੀਂ ਹੈਗਾ ਨਾ ਫਿਰ ਉਸ ਨੂੰ ਇਨਸਾਨ ਅਖਵਾਉਣ ਦਾ ਕੋਈ ਹੱਕ ਨਹੀਂ ਹੈ ਇਹ ਇਨਕਲਾਬ ਇਹ ਲੋਕ ਲਹਿਰ ਪਹਿਲੀ ਵਾਰ ਨਹੀਂ ਆਈ ਤੁਸੀਂ ਅਗਰ ਆਪਣੇ ਬਜ਼ੁਰਗਾਂ ਕੋਲੋਂ ਮੈਨੂੰ ਨਹੀਂ ਪਤਾ ਤੁਸੀਂ ਕਿੰਨਾ ਕੁ ਸੁਣਿਆ ਹੋਏਗਾ ਪਰ ਮੈਂ ਸੁਣਿਆ ਹੈ ਮੈਂ ਸੁਣਿਆ ਹੈ ਤੇ ਮੈਂ ਸੁਣਦਿਆਂ ਹੋਇਆਂ ਉਸ ਨੂੰ ਵਿਜੂਅਲਾਈਜ਼ ਕੀਤਾ ਮੈਂ ਉਸ ਨੂੰ ਹੰਡਾਇਆ ਹੈ ਤੇ ਇਹ ਵਾਲਾ ਇਨਕਲਾਬ ਇਹ ਵਾਲੀ ਲੋਕ ਲਹਿਰ ਮੈਂ ਆਪਣੇ ਆਪ ਤੇ ਹੰਡਾ ਰਹੀ ਹਾਂ ਮੈਂ ਕਿੰਨੀ ਵਾਰ ਇੱਥੇ ਹੋ ਕੇ ਗਈਆਂ ਆਪਣੇ ਲੋਕਲ ਸਾਰੇ ਧਰਨਿਆਂ ਤੇ ਹਰ ਰੋਜ਼ ਤਕਰੀਬਨ ਜਾਂਦੀ ਹਾਂ ਇਸ ਕਰਕੇ ਕਿਉਂਕਿ ਮੈਨੂੰ ਆਉਣ ਵਾਲੀ ਨਸਲ ਪੁੱਛੇਗੀ ਮੈਨੂੰ ਆਉਣ ਵਾਲੀ ਪੀੜ੍ਹੀ ਪੁੱਛੇਗੀ ਕਿ ਜਦੋਂ ਇਹ ਇਨਕਲਾਬ ਹੋਇਆ ਸੀ ਜਦੋਂ ਇਹ ਲੋਕ ਲਹਿਰ ਚੱਲੀ ਸੀ ਤੁਸੀਂ ਕਿੱਥੇ ਸੀ ਔਰ ਤੁਹਾਡਾ ਕੀ ਯੋਗਦਾਨ ਹੈ ਉਹਦੇ ਵਿੱਚ ਤੇ ਮੈਂ ਜਵਾਬ ਦੇ ਜਿਸ ਤਰ੍ਹਾਂ ਸਾਨੂੰ ਸਾਡੇ ਮਾਪਿਓ ਜਾਂ ਸਾਡੀਆਂ ਦਾਦੀਆਂ ਕਹਿੰਦੀਆਂ ਸੀ ਕਿ ਜਦੋਂ 47 ਦੀ ਵੰਡ ਹੋਈ ਸੀ ਨਾ ਤੇ ਸਾਡਾ ਸਾਰਾ ਸਮਾਨ ਉੱਥੇ ਰਹਿ ਗਿਆ ਸੀਗਾ ਹਜੇ ਵੀ ਮੈਂ ਉਹ ਆਪਣੇ ਘਰ ਨੂੰ ਨਾ ਐਵੇਂ ਵਿਜੂਅਲਾਈਜ਼ ਕਰਕੇ ਦੱਸਦੇ ਨੇ ਜਿਵੇਂ ਉਹ ਘਰ ਅਜੇ ਵੀ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਜਿਹੜਾ ਉਹ ਪੂਰਾ ਦਿਖਦਾ ਹੋਏ ਪਰ ਮੈਨੂੰ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਸਾਡਾ ਸਭ ਦੀ ਜ਼ਿੰਮੇਵਾਰੀ ਬਣਦੀ ਏ ਇਹ ਸਾਡੀ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਏ ਕਿ ਆਉਣ ਵਾਲੀ ਪੀੜ੍ਹੀ ਦੇ ਸਵਾਲਾਂ ਦੇ ਲਈ ਅਸੀਂ ਜਵਾਬ ਰਹੀਏ ਸ਼ਾਇਦ ਮੇਰੇ ਬਾਪ ਨੇ ਮੈਨੂੰ ਤਰੋਹਰ ਚ ਬਹੁਤੇ ਪੈਸੇ ਨਾ ਦਿੱਤੇ ਹੋਣ ਤੇ ਮੈਨੂੰ ਉਸਦੀ ਲੋੜ ਵੀ ਨਹੀਂ ਪਈ ਪਰ ਹਾਂ ਉਸਨੇ ਮੈਨੂੰ ਇੱਕ ਚੀਜ਼ ਸਿਖਾਈ ਕਿ ਸੱਚਲੀ ਹਮੇਸ਼ਾ ਖੜੇ ਹੋਣਾ ਹੈ ਔਰ ਮੈਂ ਇਹੋ ਹੀ ਪਰੰਪਰਾ ਤੇ ਇਹੋ ਹੀ ਰਵਾਇਤ ਚੜੀ ਆਉਣ ਵਾਲੀ ਪੀੜ੍ਹੀ ਨੂੰ ਦੇ ਕੇ ਜਾਣਾ ਚਾਹਨੀ ਆ ਸਭ ਨੌਜਵਾਨ ਸਭ ਮੁੰਡੇ ਕੁੜੀਆਂ ਮੈਨੂੰ ਲੱਗਦਾ ਕਿ ਵੱਡੀ ਤਾਦਾਦ ਦੇ ਵਿੱਚ ਜੁੜੇ ਹੋਏ ਨੇ ਪਰ ਮੈਂ ਚਾਹਨੀ ਆ ਕਿ ਇਸ ਵਾਰ ਹੋਰ ਹਮ ਹਮਾ ਕੇ ਪਹੁੰਚੋ ਕਿਉਂਕਿ ਜਦੋਂ ਜ਼ੁਲਮ ਹੱਦ ਤੋਂ ਵੱਧ ਮਹਾਰਾਜ ਨੇ ਕਿਹਾ ਕਿ ਜਦੋਂ ਜ਼ੁਲਮ ਹੱਦ ਤੋਂ ਵੱਧ ਵੱਧ ਜੇ ਤਾਂ ਫਿਰ ਉੱਠ ਕੇ ਖੜੇ ਹੋਣਾ ਬਹੁਤ ਜ਼ਰੂਰੀ ਹੈ ਇਹ ਵੇਲੇ ਉਹਨਾਂ ਨੇ ਸਾਨੂੰ ਕੋਸ਼ਿਸ਼ ਕੀਤੀ ਹੈ ਤੋੜਨ ਦੀ ਮਰੋੜਨ ਦੀ ਤੇ ਅਸੀਂ ਦੂਣ ਸੁਬਾਣੇ ਹੋ ਕੇ ਪਹਿਲਾ ਨਾਲੋਂ ਵੱਡੀ ਤਾਦਾਦ ਦੇ ਵਿੱਚ ਜੁੜਨਾ ਹੈ ਇਹ ਦੱਸਣ ਦੇ ਲਈ ਕਿ ਅਸੀਂ ਕੱਟ ਆਪਣੇ ਸਿਰ ਤੇ ਕਟਵਾ ਸਕਦੇ ਹਾਂ ਪਰ ਝੁਕਾ ਨਹੀਂ ਸਕਦੇ ਇਹ ਸਾਡੇ ਖੂਨ 'ਚ ਹੈ ਤੇ ਸਾਡੀਆਂ ਰਗਾਂ 'ਚ ਹੈ ਉਮੀਦ ਕਰਦੀਆਂ ਕਿ ਮੇਰੀ ਇਹ ਪ੍ਰਵਾਨਗੀ ਜਿਹੜੀ ਹੈ ਸਿੰਗੂ ਬਾਰਡਰ ਦੇ ਵਿੱਚ ਕਈਆਂ ਹੋਈਆਂ ਕੁਝ ਕੱਲਾਂ ਤੁਹਾਡੇ ਦਿਲਾਂ ਨੂੰ ਹੋਣ ਗਿਆ ਤੁਸੀਂ ਵੱਡੀ ਤਦਾਦ ਦੇ ਵਿੱਚ ਇਨ੍ਹਾਂ ਬਾਰਡਰਸ ਦੇ ਉੱਤੇ ਆ ਕੇ ਇਨਕਲਾਬ ਦੀ ਤੇ ਲੋਕ ਲਹਿਰ ਦੀ ਇਸ ਲਹਿਰ ਨੂੰ ਆਪਣੇ ਨਾਲ ਜੋੜੋ ਕਿਉਂਕਿ ਇਹ ਘਰ ਘਰ ਦੇ ਵਿੱਚ ਜਗਦੇ ਹੋਈ ਉਹ ਮਿਸ਼ਾਲ ਹੈ ਜਿਸ ਨੇ ਸਾਨੂੰ ਇਹ ਦੱਸਣਾ ਹੈ ਕਿ ਜਦੋਂ ਵੀ ਹੱਕ ਸੱਚ ਦੇ ਉੱਤੇ ਆਂਜ ਆਏਗੀ ਤੇ ਅਸੀਂ ਖੜੇ ਰਵਾਂਗੇ अपनी मिट्टी पे चलने का सलीका सीखो अपनी मिट्टी पे चलने का सलीका सीखो संगे मरमर पे चलोगे तो फिसल जाओगे बहुत बहुत धन्यवाद